ਪੰਜਾਬ ਪੁਲਿਸ ਨੂੰ ਆਪਣੀ ਔਨਗੋਇੰਗ ਵਾਰ ਔਨ ਡਰੱਗਸ ਦੇ ਵਿੱਚ ਇੱਕ ਵੱਡੀ ਸਫਲਤਾ ਅੱਜ ਪ੍ਰਾਪਤ ਹੋਈ, ਜਦੋਂ ਕਿ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਯੂਨਿਟ ਨੇ ਦੋ ਸੈਪਰੇਟ NDPS ਐਕਟ ਦੇ ਵਿੱਚ FIRs ਦਰਜ ਕਰਕੇ ਨਾਰਕੋ ਟੈਰਰ ਮੋਡਿਊਲਸ ਬਸਟ ਕੀਤੇ ਹੈਗੇ। 77 ਕਿਲੋ ਹੈਰੋਇਨ ਅਤੇ 3 ਪਿਸਟਲਸ ਰਿਕਵਰ ਕਰਦੇ ਹੋਏ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। AIG ਕਾਊਂਟਰ ਇੰਟੈਲੀਜੈਂਸ ਲਖਬੀਰ ਸਿੰਘ ਦੇ ਅੰਡਰ ਇਨਵੈਸਟੀਗੇਸ਼ਨਸ ਆਰ ਔਨਗੋਇੰਗ। ਇਨ ਦੋਵੇਂ ਮੋਡਿਊਲਸ ਦੇ ਫਾਰਵਰਡ ਅਤੇ ਬੈਕਵਰਡ ਲਿੰਕੇਜਸ ਨੂੰ ਪਤਾ ਕਰਕੇ ਟੋਟਲੀ ਐਕਸਪੋਜ਼ ਕੀਤਾ ਜਾਊਗਾ ਅਤੇ ਸਾਰੇ ਵਿਅਕਤੀਆਂ ਨੂੰ ਅਰੈਸਟ ਕੀਤਾ ਜਾਊਗਾ। ਪੰਜਾਬ ਪੁਲਿਸ ਇੱਕ ਸਿਸਟਮੈਟਿਕ ਅਤੇ ਮੈਟੀਕੁਲਸ ਤਰੀਕੇ ਨਾਲ ਸਪਲਾਈ ਸਾਈਡ ਅਤੇ ਡਿਮਾਂਡ ਸਾਈਡ 'ਤੇ ਡਰੱਗਸ ਦੇ ਖਿਲਾਫ ਇੱਕ ਜੰਗ ਜਾਰੀ ਰੱਖ ਰਹੀ ਹੈ, ਜਿਹੜੀ ਕਿ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਵਿੱਚੋਂ ਡਰੱਗਸ ਨੂੰ ਜੜ ਮੂਲ ਤੋਂ ਖਤਮ ਕਰ ਦੇਣ ਦਾ ਟੀਚਾ ਹੈਗਾ। ਸੋ ਇਸ ਦੇ ਵਿੱਚ ਬਿੱਗ ਫਿਸ਼ ਜਿਹੜੇ ਵੱਡੇ ਤਸਕਰ ਹੈਗੇ ਉਹਨਾਂ 'ਤੇ ਨਕੇਲ ਕਸੀ ਗਈ ਹੈਗੀ। ਡਰੱਗ ਸਮਗਲਰਸ ਦੀ ਪ੍ਰੋਪਰਟੀਆਂ ਜ਼ਬਤ ਕਰਾਈ ਜਾ ਰਹੀ ਹੈਗੀ। ਜਿਹੜੇ ਪੈਡਲਰਸ ਹੈਗੇ ਜਿਹੜੇ ਪਿੰਡਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਡਰੱਗਸ ਵੇਚਦੇ ਹੈ ਉਹਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਨਾਲ ਲੋਕਾਂ ਨੂੰ ਸਾਥ ਲੈ ਕੇ ਵੀ ਵਿਲ ਰੀਚ ਆਊਟ ਟੂ ਦਾ ਪੀਪਲ, ਕੋਆਰਡਨ ਐਂਡ ਸਰਚ ਆਪਰੇਸ਼ਨਸ ਕੀਤੇ ਜਾ ਰਹੇ ਹੈਗੇ। ਪੰਜਾਬ ਪੁਲਿਸ ਟੋਟਲੀ ਕਮਿਟਡ ਹੈਗੀ ਪੰਜਾਬ ਨੂੰ ਡਰੱਗ ਫਰੀ ਬਣਾਉਣ ਲਈ।